ਅਸੀਂ ਅੱਜ ਕੈਬਨਿਟ ਦੇ ਵਿੱਚ ਕੁਝ ਮਹੱਤਵਪੂਰਨ ਫੈਸਲੇ ਸ਼ਹਿਰਾਂ ਦੇ ਪਿੰਡਾਂ ਦੇ ਲੋਕਾਂ ਵਾਸਤੇ ਅੱਛੇ ਫੈਸਲੇ ਲਏ। ਮੈਂ ਜਦ ਆਪੋਜੀਸ਼ਨ ਲੀਡਰ ਸੀਗਾ ਤਾਂ ਸਾਡਾ ਇੱਕ ਪਿੰਡ ਹੈ ਸਿਉਂ ਮਾਜਰਾ, ਉੱਥੇ ਮੈਨੂੰ ਬੀਬੀਆਂ ਨੇ ਰੋਕ ਲਿਆ। ਅਖੇ ਜੀ, ਚਾਰ ਦਿਨ ਹੋ ਗਏ ਸਾਡੇ ਪਿੰਡ ਦੇ ਵਿੱਚ ਪਾਣੀ ਨਹੀਂ ਆਇਆ। ਖਬਰ ਲੱਗੀ ਸੀ, ਗਿਆ ਮੈਂ ਵੈਸੇ ਤਾਂ ਸੀ ਉੱਥੇ, ਬੀਬੀਆਂ ਨੇ ਰੋਕ ਲਿਆ ਮੈਨੂੰ। ਫਿਰ ਸਾਡਾ ਕਨੈਕਸ਼ਨ ਕੱਟ ਹੋ ਗਿਆ, ਜਿਹੜਾ ਸਾਡਾ ਪਿੰਡ ਦਾ ਟਿਊਬਵੈਲ ਹੈ ਉਹਦਾ ਸਾਡਾ ਬਕਾਇਆ ਜਮ੍ਹਾਂ ਨਹੀਂ ਹੋਇਆ, ਇਸ ਕਰਕੇ ਸਾਡਾ ਕਨੈਕਸ਼ਨ ਕੱਟਿਆ ਗਿਆ। ਸਾਡਾ ਤਾਂ ਪਾਣੀ ਰੁਕਿਆ ਹੋਇਆ, ਸਾਨੂੰ ਨਹਾਉਣ ਤੇ ਔਖੇ ਹੈ। ਕਾਰਨ ਕਿਆ ਸੀ ਕਿ ਪਿੰਡ ਦੀ ਪੰਚਾਇਤ ਟੈਂਕੀ ਨੂੰ ਚਲਾਉਂਦੀ ਹੈ, ਟੈਂਕੀ ਦਾ ਬਿੱਲ ਕਾਫੀ ਸਮੇਂ ਤੋਂ ਲਮਕਿਆ ਹੋਇਆ ਸੀ, ਪਿੰਡ ਸਮਰਥ ਨਹੀਂ ਸੀ ਜਮ੍ਹਾਂ ਕਰਾਉਣ ਦੇ, ਔਰ ਬਿਜਲੀ ਵਾਲੇ ਕਨੈਕਸ਼ਨ ਕੱਟ ਗਏ। ਸਰਕਾਰ ਅਕਾਲੀ ਦਲ ਦੀ ਸੀਗੀ ਤਾਂ ਤੁਸੀਂ ਉਹਨਾਂ ਦਿਨਾਂ ਸ਼ਾਇਦ ਫੋਟੋ ਵੀ ਅਖਬਾਰਾਂ 'ਚ ਦੇਖੀ ਹੋਵੇ। ਮੈਂ ਆਪ ਖੰਭੇ ਪਰ ਚੜ੍ਹ ਕੇ ਮੈਂ ਕਈਆਂ ਨੂੰ ਕਿਹਾ ਯਾਰ ਲਗਾ ਦੋ ਕਨੈਕਸ਼ਨ, ਮੈਂ ਖੜਾ ਕੋਈ ਗੱਲ ਨਹੀਂ ਦੇਖ ਲਾਂਗੇ, ਲੇਕਿਨ ਹਰ ਕੋਈ ਡਰਦਾ ਚੜ੍ਹੇ ਨਾ। ਸਰਪੰਚ ਨੂੰ ਕਿਹਾ ਉਹ ਕਹਿੰਦਾ ਮੈਂ ਵੀ ਨਹੀਂ ਚੜ੍ਹਦਾ ਜੀ। ਅਲਟੀਮੇਟਲੀ ਪਾਣੀ ਤਾਂ ਪਿੰਡ 'ਚ ਪਹੁੰਚਾਉਣਾ ਸੀ, ਮੈਂ ਆਪ ਖੰਭੇ ਪਰ ਚੜ੍ਹ ਕੇ ਉਹਨਾਂ ਦਾ ਕਨੈਕਸ਼ਨ ਲਗਾਇਆ। ਇਹ 2016 ਦੀ ਗੱਲ ਹੈ ਜਦ ਮੈਂ ਆਪੋਜੀਸ਼ਨ ਲੀਡਰ ਸੀ। ਜਦ ਮੈਂ ਸੋਚਿਆ ਸੀ ਕਿ ਜਿਸ ਤਰ੍ਹਾਂ ਅਸੀਂ ਕਿਸਾਨਾਂ ਦੀਆਂ 50, 60, 100 ਜਾਂ 200 ਹਰ ਪਿੰਡ ਦੇ ਵਿੱਚ ਮੋਟਰਾਂ ਦਾ ਬਿੱਲ ਮਾਫ ਕੀਤਾ ਹੋਇਆ ਹੈ, ਉਸੇ ਤਰ੍ਹਾਂ ਪਿੰਡ ਦੇ ਜਿਹੜੇ ਸਿਟੀਜ਼ਨ ਹੈ ਚਾਹੇ ਉਹ ਕਿਸੇ ਵਰਗ ਦੇ ਹੈ ਉਹਨਾਂ ਨੂੰ ਜਿਹੜੀ ਪਾਣੀ ਦਿੰਦੀ ਹੈ ਮੋਟਰ ਉਹਦਾ ਵੀ ਬਿੱਲ ਮਾਫ ਕਰਾਂ। ਸੇਮ ਸ਼ਹਿਰਾਂ ਵਿੱਚ ਵੀ ਇਹ ਸਥਿਤੀ। ਸੋ ਅੱਜ ਅਸੀਂ ਇੱਕ ਮਹੱਤਵਪੂਰਨ ਫੈਸਲੇ ਦੇ ਨਾਲ ਸ਼ਹਿਰਾਂ ਦੇ ਵਿੱਚ ਜਿਹੜੇ ਪਾਣੀ ਦੇ ਰੇਟ ਹੈ ਉਹ ਫਲੈਟ ਰੇਟ ਕੀਤਾ ਹੈ ਤੇ ਉਹਦੇ ਵਿੱਚ 700 ਕਰੋੜ ਰੁਪਈਏ ਦੇ ਬਕਾਏ ਹੈ ਜਿਹੜੇ ਲੋਕਾਂ ਦੇ ਖੜੇ ਹੈ, 700 ਕਰੋੜ। ਸਮਰਥ ਨਾ ਹੋਣ ਕਰਕੇ ਦੇ ਨਹੀਂ ਰਹੇ ਲੋਕ, ਇਸ ਕਰਕੇ ਅਸੀਂ ਉਹ 700 ਕਰੋੜ ਰੁਪਈਏ ਪਰ ਅੱਜ ਲੀਕ ਮਾਰ ਰਹੇ ਹਾਂ, ਪੁਰਾਣੇ ਪਾਣੀ ਦੇ ਬਕਾਏ ਸਾਰੇ ਸ਼ਹਿਰਾਂ ਦੇ ਮਾਫ ਕਰ ਰਹੇ। ਤੇ ਜਿਹੜਾ ਪਾਣੀ ਦੀ ਟੈਂਕੀ ਪਰ ਟਿਊਬਵੈਲ ਲੱਗਿਆ ਹੋਇਆ ਮੇਰੇ ਖਰੜ ਸ਼ਹਿਰ ਦੇ ਵਿੱਚ, ਮੈਂ ਰਹਿੰਦਾ 45 ਟਿਊਬਵੈਲ ਹੈ, ਉਹਨਾਂ ਦੇ ਸਾਰਿਆਂ ਦੇ ਬਿੱਲ ਅੱਗੇ ਤੋਂ ਪੰਜਾਬ ਸਰਕਾਰ ਭਰੇ ਕਰੇਗੀ ਤੇ ਕਮੇਟੀਆਂ ਤੇ ਉਸਦਾ ਲੋੜ ਨਹੀਂ ਪਏਗਾ, ਲੋਕਾਂ ਤੇ ਉਸਦਾ ਲੋੜ ਨਹੀਂ ਪਏਗਾ। ਹੁਣ ਰੇਟ ਹੈ ਜਿਹੜਾ 125 ਤੱਕ ਗਜ ਦੇ ਪਲਾਟ ਤੱਕ ਮਾਪ ਹੈ ਉਹ ਉਸੇ ਤਰ੍ਹਾਂ ਮਾਪ ਰਹੇਗਾ, ਲੇਕਿਨ ਉਸ ਤੋਂ ਉੱਪਰ ਦੇ ਜਿਹੜੇ ਹੈ ਉਹ ਪਹਿਲਾਂ ਵੱਖ ਵੱਖ ਰੇਟ ਹੈ, 105 ਰੁਪਈਏ ਹੈ, ਫਿਰ 150 ਹੈ, ਫਿਰ 250 ਹੈ, ਫਿਰ 300 ਹੈ, ਪਲਾਟ ਦੇ ਸਾਈਜ਼ ਦੇ ਨਾਲ ਵੱਧਦੇ ਹੈ। ਉਹਨਾਂ ਸਾਰਿਆਂ ਨੂੰ ਫਲੈਟ ਕਰਕੇ 105 ਰੁਪਈਏ ਜਿਹੜਾ ਮਿਨੀਮਮ ਰੇਟ ਹੈ ਉਹਨੂੰ ਵੀ ਅਸੀਂ ਅੱਧ ਤੋਂ ਘੱਟ ਲੈ ਆਏ ਹੈ, 50 ਰੁਪਈਏ ਅਸੀਂ ਰੇਟ ਫਿਕਸ ਕਰਤਾ ਪੂਰੇ ਪੰਜਾਬ ਦੇ ਵਿੱਚ, ਸਿਰਫ 50 ਰੁਪਏ ਦੇਵਾਂਗੇ। ਇਹ ਵੀ ਸਾਡੀ ਕੇਂਦਰ ਸਰਕਾਰ ਦੇ ਨਾਲ ਪੰਜਾਬ ਸਰਕਾਰ ਨੇ ਪਹਿਲਾਂ ਇੱਕ ਕਮਿਟਮੈਂਟ ਕਰੀ ਵੀ ਹੈ ਕਿ ਜਿਹੜੇ ਸਰਕਾਰ ਦੀਆਂ ਕੇਂਦਰ ਦੀਆਂ ਗਰੰਟਾਂ ਆਉਂਦੀਆਂ ਉਹ ਕਹਿੰਦੇ ਜੀ ਤੁਹਾਨੂੰ ਯੂਜ਼ਰ ਚਾਰਜਿਸ ਲੈਣੇ ਪੈਣਗੇ, ਉਸ ਤਹਿਤ ਸਾਨੂੰ 50 ਰੁਪਏ ਮਿਨੀਮਮ ਲੈਣੇ ਪੈਣੇ ਹੈ। ਇਸ ਕਰਕੇ ਅਸੀਂ 50 ਰੁਪਈਏ ਮਿਨੀਮਮ ਰੇਟ ਜਿਹੜਾ ਉਹ ਪਿੰਡਾਂ ਅਤੇ ਸ਼ਹਿਰਾਂ ਵਾਸਤੇ ਫਿਕਸ ਕਰ ਰਹੇ ਹਾਂ। ਇਸੇ ਤਰ੍ਹਾਂ ਇਹ ਇੱਕ ਬਹੁਤ ਬੜੀ ਰਾਹਤ ਸ਼ਹਿਰਾਂ ਦੇ ਹਰ ਵਰਗ ਦੇ ਹਰ ਪਰਿਵਾਰ ਨੂੰ ਅਸੀਂ ਦੇ ਰਹੇ ਹਾਂ, ਜਿਹੜੀ ਕਿ 700 ਕਰੋੜ ਰੁਪਈਏ ਅਸੀਂ ਉਹਨਾਂ ਦਾ ਪਾਣੀ ਦਾ ਬਕਾਇਆ ਮਾਫ਼ ਕਰ ਰਹੇ ਹਾਂ। ਅਤੇ ਨਾਲ ਇਸ ਦੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਿੰਡਾਂ ਦੇ ਵਿੱਚ ਪਾਣੀ ਦੀਆਂ ਟੈਂਕੀਆਂ ਦੇ ਬਿੱਲ ਜਿਹੜੇ ਕਿ ਪੰਚਾਇਤਾਂ ਦੇ ਖੜੇ ਹੈ, ਮੇਰੇ ਇਲਾਕੇ ਦਾ ਪਿੰਡ ਹੈ ਘੜੂਆਂ, 1 ਕਰੋੜ ਰੁਪਈਆ ਉਹਨਾਂ ਦਾ ਪਾਣੀ ਦਾ ਬਕਾਇਆ ਬਿੱਲ ਖੜਾ ਹੈ ਬਿਜਲੀ ਦਾ, ਟਿਊਬਵੈਲ ਦਾ, ਉਹਨਾਂ ਦੇ ਟਿਊਬਵੈਲਾਂ ਦਾ 10-15 ਸਾਲ ਤੇ ਜਮ੍ਹਾਂ ਨਹੀਂ ਹੋ ਰਿਹਾ। ਸਰਪੰਚ ਮੇਰੇ ਪਾਸ ਧੀਏ ਵੀ ਦਿਨ ਆ ਜਾਂਦਾ ਹੈ ਕਿ ਜੀ ਸਾਡਾ ਕਨੈਕਸ਼ਨ ਕੱਟਣ ਆ ਗਏ,
ਸੋ ਇਹ ਜਿਹੜਾ ਸਰਪੰਚਾਂ ਦੇ ਉੱਪਰ ਪੰਚਾਇਤਾਂ ਦੇ ਉੱਪਰ ਤਲਵਾਰ ਲਮਕਦੀ ਰਹਿੰਦੀ ਉਹ ਬਿਲਕੁਲ ਖਤਮ ਕਰ ਰਿਹਾ। ਸਾਡੀ ਕੈਬਨਿਟ ਨੇ ਫੈਸਲਾ ਕਰ ਲਿਆ, FM ਸਾਹਿਬ ਨੇ ਮਨਜ਼ੂਰੀ ਦਿੱਤੀ ਹੈ ਤੇ ਅਸੀਂ 1168 ਕਰੋੜ ਰੁਪਏ ਦੇ ਬਿਜਲੀ ਦੇ ਬਕਾਏ ਬਿੱਲ ਮਾਫ ਕਰ ਰਹੇ ਹਾਂ ਪੰਚਾਇਤਾਂ ਦੇ ਪਿੰਡਾਂ ਦੇ ਲੋਕਾਂ ਨੂੰ ਰਾਹਤ ਦੇਣ ਵਾਸਤੇ। ਇਹਦੇ ਨਾਲ ਹੀ ਪਿਛਲੇ ਬਿੱਲ ਤੱਕ ਦਾ ਜਿੰਨਾ ਬਕਾਇਆ ਹੈ ਪਿੰਡਾਂ ਦੇ ਲੋਕਾਂ ਦਾ, ਜਿਸ ਤਰ੍ਹਾਂ ਸ਼ਹਿਰਾਂ ਦੇ ਲੋਕਾਂ ਦਾ ਮਾਫ ਕੀਤਾ ਹੈ, ਚਾਹੇ ਉਹ ਕਿਸੇ ਵਰਗ ਦੇ ਹੈ, ਮੈਂ ਕਲੀਅਰ ਕਰ ਦਵਾਂ। ਆਮ ਤੌਰ ਤੇ ਫਿਰ ਕਹਿ ਦਿੰਦੇ ਜੀ ਤਾਂ ਫਲਾਣੇ ਦੇ ਕੀਤੇ ਤਾਂ ਉਹਦੇ ਕੀਤੇ, ਏਦਾਂ ਨਹੀਂ ਹੈ। ਜਿਹੜਾ ਬੰਦਾ ਪਿੰਡ ਚ ਵਸ ਰਿਹਾ, ਜਿਹੜਾ ਬੰਦਾ ਸ਼ਹਿਰ ਚ ਵਸ ਰਿਹਾ, ਉਹਨਾਂ ਦੇ ਪੁਰਾਣੇ ਬਿਜਲੀ ਦੇ ਬਿੱਲਾਂ ਦੇ ਬਕਾਏ ਆ ਜਿਹੜੇ, ਉਹਨਾਂ ਉੱਪਰ ਅੱਜ ਅਸੀਂ ਲਾਈਨ ਮਾਰਤੀ ਹੈ ਕੈਬਨਿਟ ਨੇ, ਉਹਨਾਂ ਤੋਂ ਅੱਗੇ ਤੋਂ ਨਹੀਂ ਵਸੂਲੇ ਜਾਣਗੇ। ਅੱਗੇ ਤੋਂ ਪਹਿਲਾਂ 166 ਰੁਪਏ ਬਿਜਲੀ ਪਾਣੀ ਦਾ ਬਿੱਲ ਆਉਂਦਾ ਹਰ ਪਿੰਡ ਦੇ ਹਰ ਬਸਿੰਦੇ ਨੂੰ, ਹੁਣ ਅਸੀਂ ਉਹਦਾ ਫਲੈਟ ਰੇਟ ਕਰਤਾ ਹੈ। ਕਿਉਂਕਿ ਬਿਜਲੀ ਦਾ ਜਿਹੜਾ ਬਿੱਲ ਹੈ ਅੱਗੇ ਨੂੰ, ਮੋਟਰ ਜਿਹੜੀ ਚੱਲਦੀ ਹੈ ਉਹਦਾ ਬਿੱਲ ਸਰਕਾਰ ਨੇ ਦੇਣਾ ਅੱਗੇ ਤੋਂ, ਅਸੀਂ ਭਰਾਂਗੇ ਬਿਜਲੀ ਬੋਰਡ ਨੂੰ। ਬਿਜਲੀ ਬੋਰਡ ਨੂੰ ਤਾਂ ਪੈਸੇ ਦੇਣੇ ਪੈਣੇ, ਪੰਜਾਬ ਸਰਕਾਰ ਦੇਵੇਗੀ। ਤੇ ਲੋਕਾਂ ਦਾ 166 ਤੋਂ ਘੱਟ ਕੇ ਸਿਰਫ ਉਹਨਾਂ ਦਾ ਅਸੀਂ ਖਰਚਾ ਕੈਲਕੂਲੇਟ ਕੀਤਾ ਹੈ ਕਿ ਪਿੰਡ ਦੇ ਵਿੱਚ ਇੱਕ ਬੰਦਾ ਮੋਟਰ ਚਲਾਉਂਦਾ, ਕਦੇ ਮੋਟਰ ਖਰਾਬ ਹੋ ਜਾਂਦੀ ਠੀਕ ਕਰਨੀ ਪੈਂਦੀ ਹੈ, ਕੋਈ ਲੀਕੇਜ ਹੋ ਜਾਂਦੀ ਛੋਟੀ ਮੋਟੀ, 50 ਰੁਪਏ। ਕਿਉਂਕਿ ਇਹ ਕੇਂਦਰ ਸਰਕਾਰ ਦਾ ਇੱਕ ਕਾਨੂੰਨ ਦੇ ਵਿੱਚ ਅਸੀਂ ਬੱਝੇ ਹੋਏ, ਸਾਨੂੰ ਲਾਉਣੇ ਪੈਂਦੇ ਹੈ। ਇਸ ਕਰਕੇ 50 ਰੁਪਏ ਫਲੈਟ ਰੇਟ ਅਸੀਂ ਲੋਕਾਂ ਵਾਸਤੇ ਕਰਕੇ ਦੇ ਰਹੇ ਹਾਂ। 50 ਰੁਪਏ ਚ ਇਹ ਉਹਨਾਂ ਨੂੰ ਪਾਣੀ ਮਿਲੇਗਾ, 70% ਦੀ ਰਿਬੇਟ ਹੈ ਅਸੀਂ ਉਹਨਾਂ ਨੂੰ ਦੇਤੀ ਹੈ। ਅੱਗੇ ਤੋਂ ਪੰਚਾਇਤ ਨੇ ਪੈਸੇ ਨਹੀਂ ਜਮਾ ਕਰਾਉਣੇ ਬਿਜਲੀ ਦੇ, ਸਰਕਾਰ ਉਹਨਾਂ ਨੂੰ ਦੇਵੇਗੀ। ਇਹ ਦੋ ਵੱਡੀਆਂ ਰਾਹਤਾਂ, ਮੈਂ ਧੰਨਵਾਦੀ ਹਾਂ ਆਪਣੀ ਕੈਬਨਿਟ ਦਾ, ਅਫਸਰ ਸਾਹਿਬਾਨ ਦਾ, ਬੜੀ ਸੂਝ ਬੂਝ ਦੇ ਨਾਲ, ਔਰ ਖਾਸ ਤੌਰ ਤੇ ਫਾਈਨਾਂਸ ਡਿਪਾਰਟਮੈਂਟ ਦਾ, ਜਿਹੜਾ ਕਈ ਸਾਡੇ ਵਿਰੋਧੀ ਕਹੀਏ ਦੇ ਖਜ਼ਾਨਾ ਖਾਲੀ ਹੈ ਜੀ, ਇਹ ਹੈ ਜੀ, ਉਹ ਹੈ ਜੀ। ਪੰਜਾਬ ਦਾ ਖਜ਼ਾਨਾ ਕਦੇ ਖਾਲੀ ਨਹੀਂ ਹੁੰਦਾ, ਨਾ ਅਸੀਂ ਖਾਲੀ ਹੋਣ ਦੇਣਾ, ਭਰਿਆ ਰਹੇਗਾ। ਔਰ ਅਸੀਂ ਪੰਜਾਬ ਦੇ ਲੋਕਾਂ ਨੂੰ ਸਹੀ ਪ੍ਰਸ਼ਾਸਨ ਔਰ ਸਹੀ ਸਹੂਲਤਾਂ ਜਿਹੜੀਆਂ ਉਹਨਾਂ ਦੀਆਂ ਬਣਦੀਆਂ, ਸਹੀ ਰੇਟਾਂ ਤੇ ਬਿਜਲੀ ਔਰ ਪਾਣੀ ਸੀਵਰੇਜ ਦੇਣ ਲਈ ਵਚਨਬੱਧ ਹੈ। ਸਹੀ ਔਰ ਪੜ੍ਹਾਈ ਹੈ ਜਿਹੜੀ ਉਹ ਵਧੀਆ ਕੁਆਲਿਟੀ ਐਜੂਕੇਸ਼ਨ ਦੇਣ ਲਈ ਵਚਨਬੱਧ ਹੈ ਔਰ ਅਸੀਂ ਦੇਵਾਂਗੇ। ਇਸ ਲਈ ਇੱਕ ਫੈਸਲਾ, ਇਹ ਦੋ ਫੈਸਲੇ ਮੈਂ ਤੁਹਾਨੂੰ ਦੱਸੇ ਆ ਜਿਹੜੇ ਵੱਡੇ ਅੱਜ ਪੰਜਾਬ ਸਰਕਾਰ ਵੱਲੋਂ ਲਿੱਤੇ ਗਏ ਹੈ। ਇੱਕ ਹੋਰ ਫੈਸਲਾ ਹੈ ਜਿਹੜਾ ਅੱਜ ਅਸੀਂ ਵੱਡਾ ਲਿਆ ਹੈ ਕਿ ਪਿਛਲੀਆਂ ਸਰਕਾਰਾਂ ਨੇ ਫੈਸਲਾ ਕਰਤਾ ਸੀ ਕਿ ਜਿਹੜੇ IAS ਹੈ ਇਹ ਤਾਂ ਹੋਣਗੇ ਰੈਗੂਲਰ ਭਰਤੀ, ਏ ਕਲਾਸ ਬੀ ਕਲਾਸ ਹੋਣਗੇ ਰੈਗੂਲਰ ਭਰਤੀ, ਸੀ ਕਲਾਸ ਰੈਗੂਲਰ, ਲੇਕਿਨ ਜਿਹੜਾ ਡੀ ਕਲਾਸ ਹੈ ਜਿਹਦੇ ਵਿੱਚ ਚਪੜਾਸੀ, ਜਿਹਦੇ ਵਿੱਚ ਡਰਾਈਵਰ, ਜਿਹਦੇ ਚ ਬੇਲਦਾਰ, ਜਿਹਦੇ ਚ ਟੈਕਨੀਸ਼ੀਅਨ ਜ਼ਿਆਦਾ ਗਿਣਤੀ, ਜਿਹੜੇ ਬੰਦੇ ਨੇ +2 ਕੀਤੀ ਹੈ, BA ਤੱਕ ਇਹ ਰੁਕ ਗਿਆ, ਜਾਂ ਗਰੀਬ ਪਰਿਵਾਰਾਂ ਦੇ ਬੰਦੇ, ਮਿਡਲ ਕਲਾਸ ਦੇ ਬੰਦੇ ਜਿਹਨਾਂ ਨੂੰ ਨੌਕਰੀ ਨਹੀਂ ਮਿਲ ਰਹੀ, ਉਹਨਾਂ ਨੇ ਤਾਂ ਇਹੀ ਕੁਛ ਲੱਗਣਾ ਹੁੰਦਾ। ਉਹਨਾਂ ਦੀਆਂ ਜਿਹੜੀ ਭਰਤੀ ਹੈ ਉਹ ਆਊਟਸੋਰਸ ਕਰ ਦਿੱਤੀ ਸੀ। ਅਸੀਂ ਉਸ ਡਿਸੀਜਨ ਨੂੰ ਸਰਕਾਰ ਦੇ ਨੂੰ ਬਦਲ ਰਹੇ ਹਾਂ। ਹੁਣ ਕਿਆ ਕਰਤਾ ਸੀ ਕਿ ਜੇ ਚਪੜਾਸੀ ਰਿਟਾਇਰ ਹੋ ਗਿਆ ਤਾਂ ਪੋਸਟ ਵੀ ਨਾਲੇ ਖਤਮ ਹੋ ਜਾਣੀ, ਅੱਗੇ ਇਹਨੂੰ ਭਰਤੀ ਉਹ ਨਹੀਂ ਕਰਨਾ, ਜੇ ਕਰਨਾ ਹੈ ਤਾਂ ਆਊਟਸੋਰਸ ਕਰਨਾ ਹੈ। ਆਊਟਸੋਰਸ ਕਿੰਨਾ, 5,000, 7,000 ਜਾਂ 10,000, ਇਹਦੇ ਚ ਕਿਤੇ ਗੁਜ਼ਾਰਾ ਹੁੰਦਾ? ਜਿਸ ਤੋਂ ਕੰਮ ਲੈਣਾ ਹੈ ਉਹਦਾ ਪਰਿਵਾਰ ਵੀ ਪੜਨਾ ਚਾਹੀਦਾ। ਇਹ ਸਰਕਾਰ ਦੀ ਜਿੰਮੇਵਾਰੀ ਹੈ ਕਿ ਜਿਸ ਤੋਂ ਕੰਮ ਲੈਣਾ ਸਰਕਾਰ ਨੇ, ਜਾਂ ਜਿਹੜਾ ਕਿਤੇ ਕੋਈ ਕੰਮ ਕਿਸੇ ਦੇ ਘਰ ਕਰ ਰਿਹਾ ਜਾਂ ਕਿਸੇ ਦੀ ਦੁਕਾਨ ਤੇ ਕਰ ਰਿਹਾ, ਕਿਸੇ ਦੀ ਇੰਡਸਟਰੀ ਦੇ ਵਿੱਚ ਕਰ ਰਿਹਾ, ਉਹਨੂੰ ਗੁਜ਼ਾਰੇ ਜੋਗੇ ਪੈਸੇ ਮਿਲਣ। ਇਹ ਸਰਕਾਰ ਦੀ ਜਿੰਮੇਵਾਰੀ ਹੈ, ਅਸੀਂ ਇਨਸ਼ੋਰ ਕਰਨਾ। ਲੇਕਿਨ ਜੇ ਅਸੀਂ ਆਪ ਇਸ ਤਰ੍ਹਾਂ ਕਰਾਂਗੇ ਕਿ ਆਊਟਸੋਰਸ ਦੇ ਬੰਦੇ ਰੱਖਾਂਗੇ, ਸਾਰੀ ਉਮਰ ਉਹਨਾਂ ਦੇ ਤਲਵਾਰ ਲਟਕਦੀ ਰਹਿੰਦੀ ਜਦ ਤੱਕ ਨੌਕਰੀ ਕਰਦੇ ਰਹਿੰਦੇ ਕਿ ਅੱਜ ਕੱਟ ਤੇ ਕੱਲ ਕੱਟ ਤੇ ਜਦ ਮਰਜ਼ੀ ਕੱਢ ਦੋ, ਇਹ ਸਿਸਟਮ ਨੂੰ ਅਸੀਂ ਖਤਮ ਕਰ ਰਹੇ ਹਾਂ। ਅਸੀਂ ਫੈਸਲਾ ਕਰ ਲਿਆ ਕਿ ਕਲਾਸ D ਦੀਆਂ ਪੋਸਟਾਂ ਵੀ ਰੈਗੂਲਰ ਭਰਤੀ ਹੋਣਗੀਆਂ ਤੇ ਅਸੀਂ ਹੁਣੇ ਇਹਨਾਂ ਨੂੰ ਭਰਤੀ ਸ਼ੁਰੂ ਕਰਾਂਗੇ। ਇਹਨਾਂ ਦੀ ਜਿੰਨੀਆਂ ਪੋਸਟਾਂ ਖਾਲੀ ਹੈ ਉਹ ਭਰਾਂਗੇ। ਗਰੀਬ ਆਦਮੀ ਨੂੰ ਵੀ, ਮਿਡਲ ਕਲਾਸ ਦੇ ਆਦਮੀ ਨੂੰ ਵੀ ਉਨਾ ਹੀ ਹੱਕ ਹੈ, ਡੀ ਕਲਾਸ ਦੇ ਅਫਸਰ ਜਾਂ ਕਰਮਚਾਰੀ ਨੂੰ ਵੀ ਉਨਾ ਹੀ ਹੱਕ ਹੈ ਜਿੰਨਾ IAS ਅਫਸਰ ਨੂੰ ਹੈ, ਜਿੰਨਾ
अफसरां नूं है कि जे अफसर रेगुलर भर्ती हुंदा है तां ड्राइवर भी रेगुलर भर्ती होना चाहिए। ये असीं फैसला कीता। इस दे नाल ही मैं तुहानूं बेनती करना चाहुंदा कि कैबिनेट ने अज बड़ा सीरियस व्यू लिया है जिहड़ा BSF ते CRP केंद्र सरकार ने तुहानूं पता है कि उहदा दायरा 50 किलोमीटर कर दिता है। कैबिनेट कुछ दिनां दे विच दुबारे इस ते स्पैशल असीं कैबिनेट मीटिंग बुला रहे। असीं इस गल तों बिल्कुल खिलाफ है कि इस तरह के फैसले पंजाब सरकार राज दी सरकार जेड़ी राज विच लागू किए जा रहे उन्हां तों पुछे बिना नहीं ले जाने चाहिए, विदाउट कंसल्टेशन नहीं रहने चाहिए। और जेड़ा लॉ एंड ऑर्डर है वह स्टेट सब्जेक्ट है। ऐसी सक्षम है पंजाब सरकार, सक्षम है जे पंजाब सरकार दी पंजाब दी पुलिस अतवाद खत्म कर सकती है तां ए सक्षम है कि किसी भी घटना नूं होण तों रोक सकती है। और ऐसी हर तरह की लड़ाई देश वास्ते, कौम वास्ते, अपने सूबे की तरक्की वास्ते, लॉ एंड ऑर्डर मेनटेन करने वास्ते करने नूं तैयार है और ऐसी सक्षम है। इस करके 15 किलोमीटर ते 50 किलोमीटर करना किसी तरह भी जायज नहीं है। ऐसी इसका विरोध कर दे बिल्कुल क्लीयर शब्दों के विच है। कैबिनेट मीटिंग बुलाई है, मैं चिट्ठी लिखी है, FM साढ़े होम मिनिस्टर साहब है, इन्होंने होम मिनिस्टर नूं चिट्ठी लिखी है, कैबिनेट दे विच गल करके पास करांगे, जरूरत पई तां ऑल पार्टी मीटिंग करांगे, बाकी पार्टियां नूं भी नाल लेके चलांगे। ये सारे पंजाब की लड़ाई है, कल्ली किसी एक पार्टी की या कल्ले किसी सरकार की लड़ाई नहीं है। इस करके जे जरूरत पई नहीं होएगा तो स्पैशल विधानसभा का सैशन भी इस मुद्दे ते सद्या जाएगा। नाल ही मैं सुखबीर बादल जी की प्रेस कॉन्फ्रेंस देखी है, मैं उन्होंने बेनती करना चाहना कि सेंसिटिव इशू है, पूरे सूबे की गल है, सूबे की जिहड़ी जो इहदे कंस्टीट्यूशनल राइट है, स्टेट एंड सेंट्रल स्टेट दे रिलेशन है, जो फेडरल सिस्टम साडा कंस्टीट्यूशन सानू दिंदा है उसके अधिकारां दी गल है। इस करके इस नू भड़काऊ शब्दां दे विच ना करो। ऐसी पंजाब दे विच अमन शांति बहाल करना सरकार की जिम्मेवारी है, असी उस ते खड़े है। किसी तरह भी असी अमन शांति भंग नहीं होण दवांगे। जिस तरह के उन्होंने प्रेस कॉन्फ्रेंस की है कि जी हरिमंदर साहब दे विच आके बढ़ जाणगे, इहदा हरिमंदर साहब दे विच बाड़ते जी, इहदा चन्नी ने उत्थे देता जी, कोई यार सानू तां अगले ने पुछया नहीं, एक ऑर्डर कढ के अखबारां चो पता लग्या कि यह ऑर्डर निकल गया। इस करके इस तरह की भड़काहट सूबे दे विच पाउण दी जरूरत नहीं है। सुखबीर बादल जी, मैं तुहानूं रिक्वेस्ट करांगा कि साडी असी पहला बहुत अतवाद भोग चुके, बड़ा नुकसान किया, अकाली दल उसका जिम्मेवार है। जेड़ा पंजाब दे विच पहला अतवाद आया, इन्हों लोगों ने मर्जी बड़े तैयार करके, इन्हों लोगों ने पता नहीं क्या क्या किया कि साडे पंजाब की बहुत जवानी का कांड होया। असी पंजाब नूं, मैं तुहानूं इमानदारी नाल दसदा, मैं पिछे जे होम मिनिस्टर साहब नूं मिलिया, उन्हां नूं मैं रिक्वेस्ट कीती कि सरकार जिहड़ी मर्जी आवे, मुख्यमंत्री अगला जिहड़ा मर्जी बड़े, एक मैं थोनू रिक्वेस्ट करदा कि साडा अमन शांति और आपसी भाईचारा सब तो जरूरी है। पंजाब दे विच वख वख धर्मां दे विच आपसी भाईचारा कायम रहना चाहिए, जात बरादरी और धर्मां दे नाम ते साडे बंदियां नूं एकता होनी जरूरी है। इहदे विच जे कोई भड़ाट करदा उह पंजाब दा दुश्मन है, उह देश दा दुश्मन है। इस करके सुखबीर बादल जी अननेसेसरीली बिना मतलब ते हरिमंदर साहब दे विच पड़ जाएगी आके दुर्गियाना मंदिर च, यह क्या मतलब है गल्लां करन दा। लड़ाई हैगी है फैडरल सिस्टम दी, लड़ाई है पंजाब दे अधिकारां दी, लड़ाई है लॉ एंड ऑर्डर दी, और सरकार पंजाब दी इस नाल पूरी तरीके दे नाल केंद्र सरकार नाल इतफाक नहीं रखदी कि जी इहनूं 15 किलोमीटर तो 50 किलोमीटर कर दिता जावे, कोई जरूरत नहीं है। मैनू
ਇਹ ਕਿਹਾ ਗਿਆ ਜੀ ਡਰੋਨ ਆਉਂਦੇ ਆ ਉਧਰ ਤੇ ਉਹਨਾਂ ਦੀ ਰੇਂਜ 50 ਕਿਲੋਮੀਟਰ ਹੈ, ਐਂ ਤਾਂ ਉਧਰ ਤੇ ਜਹਾਜ਼ ਵੀ ਆਉਂਦੇ ਆ ਉਹਨਾਂ ਦੀ ਰੇਟ 200 ਕਿਲੋਮੀਟਰ ਹੈ, ਦਿੱਲੀ ਤੱਕ ਜਾਂਦੀ ਹੈ 250 ਕਿਲੋਮੀਟਰ ਤੱਕ, ਉਧਰ ਤੇ ਹੈਲੀਕਾਪਟਰ ਵੀ ਆ ਸਕਦਾ ਹੈ, ਉਹਦੀ ਰੇਂਜ ਉਸ ਤੋਂ ਵੀ ਜ਼ਿਆਦਾ ਹੁੰਦੀ ਹੈ। ਫਿਰ ਡਰੋਨ ਨੂੰ ਜੇ ਰੋਕਣਾ 5 ਕਿਲੋਮੀਟਰ 'ਚ ਰੋਕ ਲਓ ਨਾ ਜਿੱਥੇ ਬੈਠੇ ਹੋ, 50 ਕਿਲੋਮੀਟਰ ਤੱਕ ਕਰਕੇ ਰੋਕਣ ਦੀ ਕਿਆ ਲੋੜ ਹੈ? ਇੱਧਰ ਸਾਡੀ ਪੁਲਿਸ ਬੈਠੀ ਹੈ, ਅਸੀਂ ਰੋਕਾਂਗੇ, ਜੋ ਸਾਡੀ ਡਿਊਟੀ ਅਸੀਂ ਕਰਾਂਗੇ, ਜੋ ਕੇਂਦਰ ਦੀ ਡਿਊਟੀ ਹੈ ਉਹ ਕੇਂਦਰ ਆਪਣੇ ਦਾਇਰੇ ਵਿੱਚ ਰਹਿ ਕੇ ਕਰੇ। ਇੰਨੀਆਂ ਇੱਕ ਮੈਂ ਹੋਰ ਬੇਨਤੀ ਕਰਨੀ ਹੈ ਕਿ ਅੱਜ ਕੈਬਨਿਟ ਨੇ ਫੈਸਲਾ ਲਿਆ ਹੈ ਕਿ ਮੱਖੂ ਪੱਟੀ ਰੇਲ ਲਿੰਕ ਹੈ ਜਿਹੜੀ, ਉਹਦਾ ਮੁਆਵਜ਼ਾ ਜਿਹੜਾ ਉੱਥੇ ਜ਼ਮੀਨ ਅਕੁਆਇਰ ਹੋਣੀ ਹੈ ਉਹ ਪੰਜਾਬ ਸਰਕਾਰ ਬੜੀ ਛੇਤੀ ਉਹਦਾ ਮੁਆਵਜ਼ਾ ਦੇ ਕੇ ਅੱਜ ਫੈਸਲਾ ਲੈ ਲਿਆ ਕਿ ਮੁਆਵਜ਼ਾ ਦਿੱਤਾ ਜਾਵੇ। ਮੁਆਵਜ਼ਾ ਦੇ ਕੇ ਜ਼ਮੀਨ ਐਸੀ ਬੜੀ ਛੇਤੀ ਉਹਨਾਂ ਨੂੰ ਕੇਂਦਰ ਸਰਕਾਰ ਨੂੰ ਰੇਲਵੇ ਨੂੰ ਆਪ ਖਰੀਦ ਕੇ ਦੇਵਾਂਗੇ ਤਾਂ ਕਿ ਇਹ ਜਿਹੜਾ ਰੇਲ ਲਿੰਕ ਹੈ ਜਿਹਦੇ ਨਾਲ ਪੂਰਾ ਦੇਸ਼ ਨਾਲ ਅਸੀਂ ਜੁੜਨਾ, ਜਿਹਦੇ ਨਾਲ ਪੰਜਾਬ ਦੀ ਇਕੋਨਮੀ ਦੇ ਉੱਪਰ ਬਹੁਤ ਬੜਾ ਫਾਇਦੇਮੰਦ ਅਸਰ ਹੋਣਾ, ਇਹ ਵੀ ਅਸੀਂ ਅੱਜ ਫੈਸਲਾ ਕੀਤਾ ਕਿ ਤੁਰੰਤ ਅਸੀਂ ਦੇ ਦੀ। ਤੁਹਾਡਾ ਬਹੁਤ ਬਹੁਤ ਧੰਨਵਾਦ। ਕੈਪਟਨ ਅਮਰਿੰਦਰ ਸਿੰਘ ਕੇਂਦਰ ਨੂੰ ਫਾਈਲਾਂ ਦੇ ਆ ਰਹੇ ਜਿਹੜੀਆਂ ਕੋਈ ਮੰਤਰੀਆਂ ਦੇ ਖਿਲਾਫ ਜਾਂ ਸੀਐਮ ਦੇ ਖਿਲਾਫ, ਇਸ ਕਰਕੇ ਯਾਰ ਇਹਦੇ ਨਾਲ ਸੰਬੰਧਿਤ ਗੱਲ ਕਰੋ ਜਿਹੜੀਆਂ ਮੈਂ ਚਾਰ ਗੱਲਾਂ ਕੀਤੀਆਂ। ਸੁਣੋ, ਐਸੀ ਕੱਚੇ ਕਰਮਚਾਰੀਆਂ ਦੀ ਪਾਲਿਸੀ ਲੈ ਕੇ ਆ ਰਹੇ, ਉਹਨਾਂ ਨੂੰ ਪੱਕੇ ਕਰਨ ਦੀ ਬੜੀ ਛੇਤੀ ਆ ਜਾਏਗੀ। ਸਾਡੇ ਵੱਲੋਂ ਦਿਨ ਰਾਤ ਮਿਹਨਤ ਔਰ ਕੋਸ਼ਿਸ਼ ਕੀਤੀ ਜਾ ਰਹੀ ਇੰਪਲਾਈਜ਼ ਨੂੰ ਜ਼ਿਆਦਾ ਤੋਂ ਜ਼ਿਆਦਾ ਅਕੋਮੋਡੇਟ ਕਰਨ ਦੀ। ਆਪਣੇ ਬਿੱਤ ਦੇ ਅਨੁਸਾਰ ਅਸੀਂ ਜੋ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਉਹ ਕਰਾਂਗੇ। ਉਹ ਸਿਸਟਮ ਲਿਆਵਾਂਗੇ ਜੀ, ਉਹਦੇ ਜਿਹੜੇ ਪੱਕੇ ਹੋ ਸਕਦੇ ਉਹਨਾਂ ਨੂੰ ਪੱਕੇ ਕਰਾਂਗੇ। ਅਸੀਂ ਇੱਕ ਆਪਣੀ ਧਾਰਨਾ ਬਣਾਤੀ ਹੈ ਕਿ ਜਿਹੜੀ ਇਹ ਪਿਛਲੀ ਸਰਕਾਰਾਂ ਦੇ ਵਿੱਚ ਹੋਇਆ ਕਿ ਜੀ ਤੁਸੀਂ ਕਲਾਸ ਡੀ ਨੂੰ ਹੀ ਪੱਕੇ ਭਰਤੀ ਨਹੀਂ ਕਰਨਾ, ਇਹ ਅਸੀਂ ਇਸ ਨੂੰ ਗਲਤ ਕਰਾਰ ਦੇ ਕੇ ਅੱਗੇ ਤੋਂ ਪੱਕੇ ਭਰਤੀ ਕਰਨਾ। ਸੀਐਮ ਸਾਹਿਬ, ਸੀਐਮ ਸਾਹਿਬ ਕਲਾਸ ਡੀ ਤੋਂ ਇਲਾਵਾ ਹੋਰ ਵੀ ਕੱਚੇ ਮੁਲਾਜ਼ਮ ਨੇ ਜਿਹੜੇ ਸਿੱਖਿਆ ਭਾਰਤ ਨਹੀਂ। ਮੈਂ ਇਹ ਨਹੀਂ ਕਿਹਾ ਕਿ ਕਲਾਸ ਡੀ ਨੂੰ ਅਸੀਂ ਪੱਕਾ ਕਰ ਰਹੇ, ਬਾਕੀਆਂ ਬਾਰੇ ਚ ਅਸੀਂ ਇੱਕ ਐਕਟ ਲੈ ਕੇ ਆ ਰਹੇ ਹਾਂ, ਉਹਨਾਂ ਸਾਰਿਆਂ ਨੂੰ ਜਿੰਨਾ ਅਸੀਂ ਆਪਣੇ ਬਿੱਤ ਦੇ ਅਨੁਸਾਰ ਪੱਕਾ ਕਰ ਸਕਦੇ ਕਰਨ ਦਾ ਤੁਹਾਨੂੰ ਬੜੀ ਛੇਤੀ ਕਾਨੂੰਨ ਲੈ ਕੇ ਪ੍ਰਾਈਵੇਟ ਬਿਲਡਰ ਆਪਣੇ ਮਨਮੰਦੀ ਹਿਸਾਬ ਨਾਲ ਰੇਟ ਵੱਧ, ਪਾਣੀ ਦਾ ਵੀ ਵੱਧ ਲੈਂਦੇ ਨੇ, ਬਿਜਲੀ ਦਾ ਵੀ ਵੱਧ ਲੈਂਦੇ ਨੇ, ਕਿ ਉਹਨਾਂ ਤੇ ਵੀ ਕੋਈ ਲਗਾਮ ਹੋਏਗੀ? ਫਿਲਹਾਲ ਅਸੀਂ ਆਪਣਾ ਜਿਹੜਾ ਸਰਕਾਰੀ ਰੇਟ ਹੈ ਉਹ ਫਿਕਸ ਕਰ ਦਿੱਤਾ ਹੈ, ਜ਼ਿਆਦਾਤਰ ਪਾਣੀ ਸਰਕਾਰੀ ਹੀ ਦਿੱਤਾ ਜਾਂਦਾ ਹੈ। ਜਿਹੜਾ ਪ੍ਰਾਈਵੇਟ ਵਾਲੇ ਹੈ ਉਹ ਆਪਸ ਦੇ ਵਿੱਚ ਸੁਸਾਇਟੀਆਂ ਬਣਾ ਕੇ ਚੱਲਦੇ ਆ, ਉਹ ਉਹਨਾਂ ਦੇ ਆਪਣੇ ਰੇਟ ਹੈ, ਉਹਨਾਂ ਬਾਰੇ ਚ ਇਹਦੇ ਬਾਰੇ ਅਸੀਂ ਕੋਈ ਉਹ ਨਹੀਂ। ਸੀਐਮ ਜੀ ਦੱਸੋ ਸਰ, ਟੋਟਲ ਤੁਹਾਡੀ ਫਾਈਨੈਂਸ਼ੀਅਲ ਲਾਇਬਿਲਿਟੀ ਕਿੰਨੀ ਬਣ ਜਾਏਗੀ ਜੇ ਪਿਛਲਾ ਬਕਾਇਆ ਤੇ ਅਗਲਾ ਫਲੈਟ ਰੇਟ ਕਰਨ ਨਾਲ ਟੋਟਲ ਤੁਹਾਡਾ ਅਮਾਊਂਟ ਸਰਕਾਰ ਤੇ ਕਿੰਨਾ ਵੱਡਾ? ਦੇਖੋ ਵਿੱਤ ਮੰਤਰੀ ਜੀ ਬੈਠੇ ਹੈ, ਅਸੀਂ ਹਰ ਚੀਜ਼ ਨੂੰ ਨਾਪ ਤੋਲ ਕੇ ਕਰ ਰਹੇ, ਕਿਸ ਤਰੀਕੇ ਦੇ ਨਾਲ ਸਰਕਾਰ ਨੂੰ ਪਬਲਿਕ ਨੂੰ ਸਹੀ ਤਰੀਕੇ ਦੇ ਨਾਲ ਚਲਾਇਆ ਜਾ ਸਕਦਾ, ਕਿਸ ਤਰੀਕੇ ਦੇ ਨਾਲ ਪਬਲਿਕ ਨੂੰ ਸਹੀ ਰਾਹ ਦੇ ਦਿੱਤੀ ਜਾ ਸਕਦੀ ਹੈ। ਅਸੀਂ ਕੋਈ ਵੀ ਗੱਲ ਆਪਣੀ ਵਿੱਤ ਤੋਂ ਬਾਹਰ ਨਹੀਂ ਕਰਦੇ, ਬਹੁਤ ਸਕਰੂਟਨੀ ਕਰਕੇ ਬਹੁਤ ਸਟੱਡੀ ਕਰਕੇ ਇਹ ਰਾਹਤਾਂ ਦਿੱਤੀਆਂ ਜਾ ਰਹੀਆਂ। ਇਹ ਬਣਦੀਆਂ ਸੀ, ਪਿਛਲੀ ਸਰਕਾਰ ਨੇ ਨਹੀਂ ਦਿੱਤੀਆਂ ਕਿਸੇ ਨੇ, ਪਿਛਲੀਆਂ ਸਰਕਾਰਾਂ ਨੇ। ਸੀਐਮ ਸਾਹਿਬ ਸਰ ਜੀ, ਇਹ ਪੰਜਾਬ ਸਰਕਾਰ ਹੈ, ਪੈਸਾ ਸਾਡੇ ਕੋਲ ਹੈਗਾ, ਅਸੀਂ ਤਾਂ ਹੀ ਦਵਾਂਗੇ। ਸੀਐਮ ਮੈਂ ਤੁਹਾਨੂੰ ਗਣਾਤੀ ਹੈ ਜੀ ਦੋਨੋਂ ਚੀਜ਼ਾਂ, 1160 ਕਰੋੜ ਇੱਕ ਦੱਸਿਆ ਤੁਹਾਨੂੰ, 700 ਕਰੋੜ ਇੱਕ ਦੱਸਿਆ। ਸੀਐਮ ਸਾਹਿਬ, ਸੀਐਮ ਸਾਹਿਬ, ਸੀਐਮ ਸਾਹਿਬ ਇਸ ਬਾਰੇ ਬੋਲਿਆ, ਪਿੱਛੇ ਤੁਸੀਂ ਸਿਰੇ ਸਿਰ ਪੰਜਾਬ ਦੀਆਂ 3 ਜੇਲਾਂ ਚ ਲਗਾਈ ਸੀ, ਤੁਸੀਂ ਇਹ ਜਗ੍ਹਾ ਲਗਵਾਈ ਸੀ ਤੁਸੀਂ ਸਰਕਾਰ ਨੇ, ਤੁਹਾਡੀ ਸਰਕਾਰ ਨੇ, ਸਰਕਾਰ ਨੇ, ਕਿ ਸਾਡੇ ਕੋਲ ਸਿਕਿਉਰਟੀ ਦੇ ਇੰਤਜ਼ਾਮ ਨਹੀਂ ਪ੍ਰੋਪਰ ਹੋ ਪਾ ਰਹੇ, ਤੁਸੀਂ ਖੁਦ ਸਿਰੇ ਸਿਰ ਮੰਗਾਈ ਸੀ? ਐਸੀ ਨਹੀਂ ਮੰਗਾਈ ਤੁਸੀਂ, ਜੇ ਕੋਈ ਮੇਰੇ ਤੋਂ ਪਹਿਲਾਂ ਕਿਸੇ ਨੇ ਮੰਗਾਈ ਹੈ ਉਸ ਦੀ ਮੈਂ ਕੋਈ ਜ਼ਿੰਮੇਵਾਰੀ ਨਹੀਂ ਚੱਕਣਾ ਚਾਹੁੰਦਾ, ਲੇਕਿਨ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਕਿ ਪੰਜਾਬ ਸਰਕਾਰ ਸਕਸ਼ਮ ਹੈ ਆਪਣਾ ਲਾਅ ਐਂਡ ਆਰਡਰ ਮੇਨਟੇਨ ਕਰਨ ਨੂੰ, ਪਹਿਲਾਂ ਵੀ ਪੰਜਾਬ ਸਰਕਾਰ ਨੇ ਕੀਤਾ, ਜੇ ਸਾਨੂੰ ਲੋੜ ਹੋਏਗੀ ਤਾਂ ਅਸੀਂ ਜ਼ਰੂਰ ਕੇਂਦਰ ਸਰਕਾਰ ਕੋਲ ਚਲਾਵਾਂਗੇ, ਜਦ ਸਾਡੇ ਲੋੜ ਹੋਏਗੀ ਜਲ ਭੇਜਣ
ਇਸ ਤਰ੍ਹਾਂ ਇਹ ਜਿਹੜਾ ਕਰਨਾ ਆਪਣੇ ਆਪ ਤੇ ਸੀਐਮ ਸਾਹਿਬ ਤੁਸੀਂ ਕਿਹਾ ਕਿ ਪੰਜਾਬ ਤੁਸੀਂ ਕਿਹਾ ਕਿ ਪੰਜਾਬ ਦਾ ਖਜ਼ਾਨਾ ਖਾਲੀ ਨਹੀਂ ਹੈ ਇਹਨਾਂ ਨੂੰ ਗੱਲ ਕਰ ਲੈਣ ਦੋ ਐਫਐਮ ਸਾਹਿਬ ਬੈਠੇ ਕਿ ਪੰਜਾਬ ਰੈਵਨਿਊ ਸਰਪਲਸ ਸਟੇਟ ਹੋ ਗਿਆ ਇੱਕ ਮਿੰਟ ਇਹਨਾਂ ਨੂੰ ਗੱਲ ਕਰ ਲੈਣ ਦੋ सर पार्टी प्रधान नवजोत सिंह सिद्धू ने एक बार फिर सवाल उठाया गवर्नमेंट की फंक्शनिंग से उन्होंने चिट्ठी लिखी है सोनिया गांधी जी कि 13 पॉइंट एजेंडा लागू किया जाए उन्होंने किवें देखते हो आखिरी सवाल का जवाब दे देना 13 पॉइंट हो 18 पॉइंट हो 21 पॉइंट हो गए 24 पॉइंट हो जो एजेंडा है ऐसी वो इन बिन लागू कर रहे हैं कोई भी पॉइंट बाहर नहीं रहेगा नवजोत सिंह सिद्धू जी जे तुहानू लगता है कि कोई साडे च फर्क है मैं अगली मीटिंग च इत्थे बिठा लांगा उन्हां नूं एकता दे नाल सारा कुछ चल रहा है हर सिस्टम दे विच ठीक है उन्होंने इशू उठाए है हर ऐसी ओ इश्यूज नूं पार्टी प्रधान दा राइट है कि ओह उठावे ते पार्टी दी आइडियोलॉजी नूं असीं इंप्लीमेंट करना है पार्टी सुप्रीम है मेरी आइडियोलॉजी ये है सुनो मेरी आइडियोलॉजी ये है वो कहना कर्जा साडे लई कोई गल नहीं एक उन्हां दे उपर भी हाई कमांड है वो अपनी हाई कमांड नूं दस रहे सानूं भी दस रहे नाल असीं रल के सारे मुद्दे हल हो जाने है ये गल तुहानूं मैं दस दिना अज कि घर घर दे विच चली गल सरकार करेगी मसले